ਦੋਸਤੋ, ਕਿਸੇ ਵੀਰ ਨੇ ਕਮੈਂਟ ਕੀਤਾ ਸੀ ਵੀ ਬਾਈ ਕਹਿੰਦੇ ਸਿੱਧੂ ਬਾਈ ਦੇ 30 ਸੈਕਿੰਡ ਦਾ ਵਰਸਾ ਸਿਰਫ। ਤਾਂ ਦੋਸਤੋ, ਦੱਸ ਦੇਣਾ ਚਾਹੁੰਦੇ ਹਾਂ ਵੀ ਗੱਲ ਤਾਂ ਸੱਚ ਆ, ਪਰ 30 ਸੈਕਿੰਡ ਹੀ ਕਾਫੀ ਆ ਸਿੱਧੂ ਮੂਸੇਵਾਲੇ ਦਾ ਵਰਸ। ਸਿੱਧੂ ਨੇ ਆਪਣੇ ਇੱਕ ਲਾਈਵ ਕੰਸਰਟ ਦੇ ਵਿੱਚ ਕਿਹਾ ਸੀ, ਪਹਿਲਾਂ ਜ਼ਰੂਰਤ ਹੁੰਦੀ ਸੀ 4-4 ਗਾਣੇ ਸਿੱਟਣ ਦੀ, ਹੁਣ ਤਾਂ ਇਕੱਲਾ ਹੀ ਵਾਧੂ, ਅਤੇ ਇੱਕ ਗਾਣੇ 'ਚ ਉਹ ਵੀ ਇੱਕ ਪੈਰਾ ਹੀ ਵਾਧੂ ਆ, ਅਤੇ ਇੱਕ ਪੈਰੇ ਨੇ ਹੀ ਦੋਸਤੋ ਦੁਨੀਆ ਹਿਲਾ ਕੇ ਰੱਖ ਦੇਣੀ ਆ। ਤੁਹਾਨੂੰ ਪਤਾ ਆ, ਅਜੇ ਦਾ ਟੀਜ਼ਰ ਆਇਆ, ਟੀਜ਼ਰ ਨੇ ਹੀ ਦੁਨੀਆ ਹਿਲਾਤੀ। ਜਦਕਿ ਟੀਜ਼ਰ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਗਾਣਾ ਵੀ ਨਹੀਂ। ਸੋਚੋ ਫਿਰ ਗਾਣਾ ਕਿੰਨਾ ਗਾਹ ਪਾਊਗਾ ਸਿੱਧੂ ਮੂਸੇਵਾਲੇ ਦਾ। ਅਤੇ ਗਾਣਾ ਆ ਰਿਹਾ ਦੋਸਤੋ ਅੱਜ ਸੰਮੀ 5 ਵਜੇ ਇੰਡੀਆ ਦੇ ਟਾਈਮ ਅਨੁਸਾਰ, ਅਤੇ ਕੁਝ ਵੀਰ ਪੁੱਛਦੇ ਨੇ ਪਾਕਿਸਤਾਨ ਦੇ ਵਿੱਚ ਕਿੰਨੇ ਵਜੇ ਆਵੇਗਾ, ਪਾਕਿਸਤਾਨ 'ਚ 4:30 ਵਜੇ। ਬਾਕੀ ਇੱਕ ਖਾਸ ਦਿਨ ਆ ਦੋਸਤੋ ਅੱਜ, ਈਦ ਆ, ਅਤੇ ਈਦ ਦੇ ਮੌਕੇ 'ਤੇ ਮੁਸਲਮਾਨ ਵੀਰਾਂ ਦੇ ਲਈ ਗਿਫਟ ਵੀ ਆਪਾਂ ਕਹਿ ਸਕਦੇ ਹਾਂ ਸਿੱਧੂ ਮੂਸੇਵਾਲੇ ਦਾ ਗਾਣਾ। ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਹਰ ਇੱਕ ਸਿੱਧੂ ਮੂਸੇਵਾਲੇ ਦੇ ਕੱਟੜ ਫੈਨ ਤੱਕ। ਧੰਨਵਾਦ।